ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਹਰ ਹਫਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਉਹਗੇ ਪੱਤਰਕਾਰ ਜਨਾਬ ਸਤਰਾਮ ਸਿੰਘ ਮਾਨਸੇ ਜੀ ਆਪਣੇ ਨੇ ਪਰ ਉਹਨਾਂ ਦੇ ਕੋਲੋਂ ਖਬਰਾਂ ਦੇ ਉੱਤਰ ਟਿੱਪਣੀਆਂ ਲੈਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਖਬਰਾਂ ਨੇ ਇਹਦੇ ਵੱਲ ਇੱਕ ਝਾਤ ਮਾਰ ਲੈਨੇ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਮੁਹੱਬਤ ਦੀ ਸਾਂਝ ਨੂੰ ਹੁਣ ਹੋਰ ਮਜ਼ਬੂਤ ਕਰਨਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਭਾਰਤ ਦੇ ਨਾਲ ਸੁਖਾਵੇ ਸਬੰਧਾਂ ਦੇ ਚਾਹਵਾਨ ਹਾਂ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਵਿੱਚ ਵੀ ਸਿੱਧੂ ਸਿੱਧੂ ਹੋਈ ਚਰਚਾ ਉਹਨਾਂ ਦੀ ਬਥੇਰੀ ਹੋ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਲਾਂਗੇ ਦਾ ਕੰਮ ਜੇਕਰ ਨਿਰਵਿਘਨ ਤਰੀਕੇ ਨਾਲ ਮੁਕੰਮਲ ਚੜ ਜਾਂਦਾ ਹੈ ਤਾਂ ਇਹਦੇ ਵਿੱਚ ਦੋਹਾਂ ਦੇਸ਼ਾਂ ਦੇ ਵਸਨੀਕਾਂ ਦੇ ਲਈ ਫਾਇਦਾ ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਤਾਂ ਇਸ ਵਕਤ ਇੱਕ ਨਵੇਂ ਮੋਰਚੇ ਦੀ ਸੰਭਾਵਨਾ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਹੈ ਸੁਖਪਾਲ ਸਿੰਘ ਖੈਰਾਨੀ ਆਪਣੇ ਪੱਤੇ ਖੋਲੇ ਨੇ ਉਹਨਾਂ ਨੇ ਕਹਿ ਆ ਕੇ ਡਾਕਟਰ ਗਾਂਧੀ ਤੇ ਬੈਸ ਪ੍ਰਵਾ ਨਾਲ ਮਿਲ ਕੇ ਇਨਸਾਫ ਮਾਰਚ ਸ਼ੁਰੂ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਬਾਦਲਾਂ ਦੀਆਂ ਬੱਸਾਂ ਦੇ ਉੱਤੇ ਸਰਕਾਰ ਮਿਹਰਬਾਨ ਕਿਵੇਂ ਹੋਈ ਹੈ ਇਹਦੇ ਬਾਬਤ ਵੀ ਮਾਨਕ ਸਾਹਿਬ ਤੋਂ ਟਿੱਪਣੀ ਲਵਾਂਗੇ ਤੇ ਹਾਈ ਕੋਰਟ ਦੇ ਵੱਲੋਂ ਯਾਨੀ ਕਿ ਦਿੱਲੀ ਹਾਈ ਕੋਰਟ ਦੇ ਵੱਲੋਂ 88 ਉਹਨਾਂ ਲੋਕਾਂ ਜਿਹੜੇ ਕਿ 1984 ਕਤਲੇਆਮ ਦੇ ਵਿੱਚ ਦੋਸ਼ੀ ਵਜਦੇ ਸੀ ਉਹਨਾਂ ਦੀ 5-5 ਬਰਿਆਂ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ ਤੇ ਕੁਝ ਹੋਰ ਵੀ ਖਬਰਾਂ ਨੇ ਮਾਨਕ ਸਾਹਿਬ ਪਹਿਲਾਂ ਸਵਾਗਤ ਕਰਦੇ ਸ਼ੁਕਰੀਆ ਜੀ ਮਾਨਕ ਸਾਹਿਬ ਬੜੀ ਸੁਲੱਖਣੀ ਖਬਰ ਆਈ ਹੈ ਆਪਾਂ ਕੱਲ ਵੀ ਸਾਂਝੀ ਕੀਤੀ ਸੀ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਕਿ ਇਮਰਾਨ ਖਾਨ ਨੇ ਸੁਖਾਵੇਂ ਸਬੰਧਾਂ ਦੀ ਗੱਲ ਕਹੀ ਹੈ। ਉਹਨਾਂ ਨੇ ਕਰਤਾਰਪੁਰ ਦੇ ਲੰਘੇ ਦਾ ਨੀ ਪੱਥਰ ਰੱਖਿਆ ਆਪਣੇ ਵਾਲੇ ਪਾਸੇ। ਮੈਂ ਉਹਨਾਂ ਦੇ ਨੀ ਪੱਥਰ ਨੂੰ ਵੀ ਦੇਖਿਆ ਬੜਾ ਸਾਦਾ ਬੜਾ ਮਹੱਤਵਪੂਰਨ ਖੂਬਸੂਰਤ ਹੈ। ਸਾਡੇ ਵਾਲਾ ਨੀ ਪੱਥਰ ਨਾਮਾਂ ਦੇ ਨਾਲ ਵੀ ਭਰਿਆ ਸਿਗਾ। ਕੀ ਕਰਨਾ ਚਾਹੋਗੇ ਜੋ ਇਮਰਾਨ ਖਾਨ ਖੁਰਾਂਡੇ ਵੱਲੋਂ ਇੱਛਾ ਪ੍ਰਗਟਾਈ ਗਈ ਹੈ? ਟੈਣਾ ਜੀ ਮੈਂ ਸਮਝਦਾ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕਰਤਾਰਪੁਰ ਦਾ ਲੰਘਾ ਦੋਨਾਂ ਦੇਸ਼ਾਂ ਨੂੰ ਨੇੜੇ ਲਿਆਉਣ ਦਾ ਇੱਕ ਜ਼ਰੀਆ ਬਣ ਰਿਹਾ ਔਰ ਇਹਦੇ ਵਿੱਚ ਜਿਹੜੀਆਂ ਵੀ ਭਾਵਨਾਵਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran Khan ਨੇ ਪ੍ਰਗਟ ਕੀਤੀਆਂ ਉਹ ਵੀ ਬਹੁਤ ਹੀ ਹਾਂ ਪੱਕੀ ਹੈਗੀਆਂ ਔਰ ਭਾਵੇਂ ਕਿ ਇਹ ਕਿਹਾ ਜਾਂਦਾ ਕਿ ਪਾਕਿਸਤਾਨ ਵਿੱਚ ਫੌਜ ਦੀ ਚਲਦੀ ਹੈ ਪਾਕਿਸਤਾਨ ਦੀ ਫੌਜ ਉੱਥੇ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਉਹਨਾਂ ਨੂੰ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨ ਨਹੀਂ ਦਿੰਦੀ ਅਰ ਇਸ ਵਾਰ ਜਿਹੜਾ ਨੀ ਪੱਥਰ ਰੱਖਣ ਦਾ ਸਮਾਗਮ ਕਰਤਾਰਪੁਰ ਦੇ ਵਿੱਚ ਹੋਇਆ ਉਹਦੇ ਵਿੱਚ 임ਰਾਨ ਖਾਨ ਨੇ ਸਪਸ਼ਟ ਰੂਪ ਚ ਫੌਜ ਮੁਖੀ ਦੀ ਹਾਜ਼ਰੀ ਚ ਕਿਹਾ ਕਿ ਭਾਰਤ ਨਾਲ ਸਬੰਧ ਸੁਧਾਰਨ ਦੇ ਮਾਮਲੇ ਚ ਫੌਜ ਤੇ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਸਾਰੀਆਂ ਇੱਕ ਰਾਏ ਦੀਆਂ ਹੈਗੀਆਂ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ Imran Khan ਨੇ ਕਹੀ ਹੈ ਔਰ Imran Khan ਦਾ ਸਮੁੱਚਾ ਜਿਹੜਾ ਭਾਸ਼ਣ ਆ ਉਹ ਬਹੁਤ ਹੀ ਜਿਹੜਾ ਅਗਾਹ ਵਧੂ ਸੀਗਾ ਭਾਰਤ ਪ੍ਰਤੀ ਸਦ ਭਾਵਨਾ ਵਾਲਾ ਸੀਗਾ ਤੇ ਉਹਦੇ ਚ ਭਾਵੇਂ ਭਾਰਤ ਦੀ ਸਰਕਾਰ ਨੇ ਉਹਦਾ ਉਨਾ ਹਾਂ ਪੱਖੀ ਢੰਗ ਨਾਲ ਹੰਗਾਰਾ ਨਹੀਂ ਭਰਿਆ ਉਸੇ ਦਿਨ ਸਾਡੀ ਵਿਦੇਸ਼ ਮੰਤਰੀ सुषमा स्वराज ਨੇ ਕਿਹਾ ਤਾਂ ਕਿ ਇਹ ਜਿਹੜਾ ਦੋਨਾਂ ਦੇਸ਼ਾਂ ਦੇ ਸਬੰਧ ਹੈ ਜਾਇ ਇਸ ਵੇਲੇ ਦੋਨਾਂ ਦੇਸ਼ਾਂ ਦੀ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਸਿਰਫ ਕਰਤਾਰਪੁਰ ਦੇ ਲਾਂਘੇ ਤੱਕ ਸੀਮਤ ਹੈ ਇਸ ਤੋਂ ਅੱਗੇ ਕੋਈ ਗੱਲ ਨਹੀਂ ਹੈਗੀ ਅਸੀਂ ਸਾਰਕ ਸਮੇਲਨ ਵਿੱਚ ਪਾਕਿਸਤਾਨ ਵਿੱਚ ਸ਼ਾਮਲ ਨਹੀਂ ਹੋਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕਹੀਆਂ ਭਾਰਤੀ ਫੌਜ ਦੇ ਮੁਖੀ ਜਿਹੜੀ ਉਹਨਾਂ ਨੇ ਵੀ ਇਹ ਕਿਹਾ ਕਿ ਇਹ ਗੱਲ ਸਿਰਫ ਕਰਤਾਰਪੁਰ ਦੇ ਲਾਂਘੇ ਤੱਕ ਸੀਮਤ ਹੈ ਉਹਦੇ ਵਿੱਚੋਂ ਇੱਕ ਗੱਲ ਟੈਣਾ ਜੀ ਮੈਨੂੰ ਨਜ਼ਰ ਆਂਦੀ ਹੈ ਕੱਲ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਭਾਰਤ ਦੀ ਸਰਕਾਰ ਜਿਹੜੀ ਆ ਉਹ ਜਿਹੜੀਆਂ ਲੋਕ ਸਭਾ ਦੀਆਂ ਅਗਾਮੀ ਜਿਹੜੀਆਂ ਚੋਣਾਂ ਆ ਉਹ ਤਾਂ ਪਹਿਲਾਂ ਪਹਿਲਾਂ ਪਾਕਿਸਤਾਨ ਨਾਲ ਕੋਈ ਗੱਲਬਾਤ ਸ਼ੁਰੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਇੱਥੇ ਚੋਣਾਂ ਹੋਣੀਆਂ ਪਾਕਿਸਤਾਨ ਦੇ ਖਿਲਾਫ ਥੋੜੀਆਂ-ਬਹੁਤੀਆਂ ਭਾਵਨਾਵਾਂ ਢਕਾ ਕੇ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਵੋਟਾਂ ਲੈਂਦੀਆਂ ਰਹੀਆਂ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਜਿਹੜਾ ਬਦਲ ਆ ਇਹ ਨੁਰਾਦ ਨਹੀਂ ਕੀਤਾ ਹੋਇਆ ਉਹ ਆਉਣ ਵਾਲੇ ਦਿਨਾਂ 'ਚ ਮੰਦਰ ਦੇ ਮੁੱਦੇ ਤੇ ਵੀ ਵੋਟਾਂ ਲੈਣੀਆਂ ਇਹ ਪਾਕਿਸਤਾਨ ਦੇ ਖਿਲਾਫ ਨਫ਼ਰਤ ਭਰ ਕੇ ਵੀ ਵੋਟਾਂ ਲੈਣੀਆਂ ਘਟਗਿੰਤੀਆਂ ਨੂੰ ਨਿਸ਼ਾਨਾ ਬਣਾ ਕੇ ਵੀ ਵੋਟਾਂ ਲੈਣੀਆਂ ਕਿਉਂਕਿ ਇਹ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਜਾਂ ਸਾਡੇ ਜਿਹੜੇ ਆਗੂ ਆ ਕੋਈ ਦੇਵਤਾ ਤਾਂ ਹੁੰਦੇ ਨਹੀਂ ਐ ਸੋ ਇਹ ਨਾ ਨੇ ਸਾਰੇ ਆਪਣੇ ਬਦਲ ਖੁੱਲੇ ਰੱਖੇ ਹੋਏ ਆ ਇਹ ਸਰਕਾਰ ਆ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਆ ਇਹ ਕਰਤਾਰਪੁਰ ਦਾ ਲੰਘਾ ਵੀ ਜਿਹੜਾ ਸਿੱਖ ਭਾਈਚਾਰੇ ਦਾ ਉੱਤੇ ਦਬਾਅ ਪੈ ਰਿਹਾ ਸੀ ਜਿੱਦਾਂ ਇਹ ਮੁੱਦਾ ਉੱਭਰ ਕੇ ਸਾਹਮਣੇ ਆ ਗਿਆ ਸੀ ਇਹ ਨੂੰ ਜਿਹੜਾ ਇਹ ਤੋਂ ਛਡਕਾਰਾ ਉਹ ਪਾ ਨਹੀਂ ਸਕਦੇ ਸੀ ਇਹਦੇ ਵੱਲ ਪਿੱਠ ਨਹੀਂ ਕਰ ਸਕਦੇ ਸੀ ਇਸ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਇਹ ਗੱਲ ਜਿਹੜੀ ਆ ਮੰਨਣੀ ਪਈ ਆ ਤੇ ਪਾਕਿਸਤਾਨ ਨੇ ਤੁਰੰਤ ਜਿਹੜਾ ਇਹਦਾ ਹੰਗਾਰਾ ਪੜ ਦਿੱਤਾ ਇਸ ਕਰਕੇ ਦੋਨਾਂ ਸਰਕਾਰਾਂ ਲਈ ਹੁਣ ਪਿੱਛੇ ਹਟਣਾ ਮੁਸ਼ਕਲ ਹੈ ਪਰ ਉਹ ਗੱਲ ਆਪਣੀ ਥਾਂ ਤੇ ਖੜੀ ਹੈ ਕਿ ਭਾਰਤ ਦੀ ਸਰਕਾਰ ਹੈ ਬਕਾਇਦਾ ਜੇ ਪਾਕਿਸਤਾਨ ਨਾਲ 갈ਵਾਤ ਸ਼ੁਰੂ ਨਹੀਂ ਕਰਨਾ ਚਾਹੁੰਦੀ ਜੀ ਜੀ ਤੇ ਮਾਨਕ ਸਾਹਿਬ ਜੇਕਰ ਅਸੀਂ ਗੱਲ ਕਰ ਗਏ ਨਵਜੋਤ ਸਿੰਘ ਸਿੱਧੂ ਦੀ ਤਾਂ ਜਿਸ ਤਰੀਕੇ ਨਾਲ ਉਹਨਾਂ ਨੇ ਧੂਆਂ ਧਾਰ ਭਾਸ਼ਣ ਦਿੱਤਾ ਪਾਕਿਸਤਾਨ ਦੇ ਵਿੱਚ ਜਾ ਕੇ ਜਿਸ ਤਰੀਕੇ ਨਾਲ ਥਾਂ ਥਾਂ ਦੇ ਉੱਤੇ ਸਿੱਧੂ ਸਿੱਧੂ ਹੋਈ ਪਈ ਹੈ ਜਿਸ ਤਰੀਕੇ ਨਾਲ ਇਮਰਾਨ ਖਾਨ ਨੇ ਕਿਹਾ ਵੀ ਜੇਕਰ ਤੁਸੀਂ ਇਥੋਂ ਵੀ ਟੋਣ ਲੜਨਾ ਚਾਹੋ ਤਾਂ ਜਿੱਥੇ ਇਥੋਂ ਵੀ ਜਾਣਾ ਤੁਹਾਡੀ ਇੰਨੀ ਮਕਬੂਲੀਅਤ ਹੈ ਕੀ ਕਹਿਣਾ ਚਾਹੋਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਇਨ੍ਹਾਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਮੁਤਲਕ ਪੋਲਵਾੰਗ ਵਰਤਿਆ ਜਾ ਸਕਦਾ ਕਿ ਨਹੀਂ ਟੈਣਾ ਜੀ ਇਸ ਗੱਲ ਦੀਆਂ ਬੜੀਆਂ ਸੁਭਾਵਨਾਵਾਂ ਹੈਗੀਆਂ ਜਿਸ ਤਰ੍ਹਾਂ ਦੀ ਸਦਭਾਵਨਾ ਜਿਹੜੀ ਆ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਚ ਆ ਜਿਸ ਤਰ੍ਹਾਂ ਦਾ ਅਭਾਰ ਇੱਥੇ ਸਾਡੇ ਵਾਲੇ ਪੰਜਾਬ ਚ ਵੀ ਦੇਖਿਆ ਜਾ ਰਿਹਾ ਸਾਡਾ ਸਮੁੱਚਾ ਸਿੱਖ ਭਾਈਚਾਰਾ ਸਮੁੱਚੇ ਤੌਰ ਤੇ ਪੰਜਾਬੀ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਨਵਜੋਤ ਸਿੰਘ ਸਿੱਧੂ ਨੇ 3 ਮਹੀਨੇ ਪਹਿਲਾਂ ਜਾ ਕੇ ਜਿਹੜੀ ਕਰਤਾਰਪੁਰ ਦੇ ਲਾਂਘੇ ਦੀ ਗੱਲ ਜਿਹੜੀ ਆ ਉਹਨੂੰ ਏਜੰਡੇ ਤੇ ਲਿਆਂਦਾ ਭਾਵੇਂ ਉਹ ਪਾਕਿਸਤਾਨ ਦੇ ਫੌਜ ਮੁਖੀ ਦੇ ਹਵਾਲੇ ਨਾਲ ਏਜੰਡੇ ਤੇ ਲਿਆਂਦਾ ਸੀ ਉਹ ਤੋਂ ਬਾਅਦ ਨਾ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਹਾਸ਼ੀਏ ਤੇ ਗਏ ਆ ਤੇ ਨਾ ਹੀ ਕਰਤਾਰਪੁਰ ਦਾ ਲਾਂਘਾ ਹਾਸ਼ੀਏ ਤੇ ਗਿਆ ਬਾਰ-ਬਾਰ ਜਿਹੜੇ ਪਿਛਲੇ 3 ਮਹੀਨਿਆਂ ਤੋਂ ਕਰਤਾਰਪੁਰ ਦੇ ਲਾਂਘੇ ਦੀ ਗੱਲ ਹੋ ਰਹੀ ਆ ਪਿਛਲੇ 3 ਮਹੀਨਿਆਂ ਤੋਂ ਇਹਦੇ ਨਾਲ ਹੀ ਸਿੱਧੂ ਦੀ ਚਰਚਾ ਹੋ ਰਹੀ ਆ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਦੇਸ਼ ਭਗਤ ਕਹਾਣ ਵਾਲੇ ਲੋਕ ਆ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਦੀ ਬੜੀ ਆਲੋਚਨਾ ਕਰਦੇ ਰਹੇ ਆ ਉਹਦੇ ਵੱਲੋਂ ਜਿਹੜੀ ਦੋਸ ਦੋ ਤਿੰਨ ਸਕਿੰਟ ਜਿਹੜੀ ਪਾਕਿਸਤਾਨ ਦੇ ਫੌਜ ਮੁਖੀ ਨੇ ਜੱਫੀ ਪਾਈ ਗਈ ਸੀ ਉਹਦਾ ਬੜਾ ਬਾਵੇਲਾ ਕੀਤਾ ਗਿਆ ਹੁਣ ਵੀ ਜਿਹੜਾ ਸਾਡਾ ਅਖੌਤੀ ਜਿਹੜਾ ਨੈਸ਼ਨਲ ਮੀਡੀਆ ਉਹ ਪਾਣੀ ਪੀ ਪੀ ਕੇ ਕੋਸ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਕਿ ਉੱਥੇ ਜਿਹੜੀਆਂ ਫੋਟੋਆਂ ਕੋਈ ਛਪੀਆਂ ਉਹਦੇ ਵਿੱਚ ਕੋਈ ਖਰਸਦਾਨ ਸਮਰਥਕ ਨੌਜਵਾਨ ਸਿਗਾ ਜਿਹੜਾ ਚਾਵਲਾ ਚਾਵਲਾ ਉਹਦੇ ਨਾਲ ਖੜਾ ਸੀ ਹੁਣ ਟੈਣਾ ਜੀ ਅਸੀਂ ਇੱਥੇ ਦੋ ਚਾਰ ਬੰਦੇ ਖੜੇ ਆ ਕਿਤੇ ਇੱਕ ਬੰਦਾ ਆ ਕੇ ਖੜਾ ਹੋ ਜਾਂਦਾ ਤੇ ਫੋਟੋ ਖਿਚਾ ਲੈਂਦਾ ਉਹਦੇ ਨਾਲ ਇਹ ਤਾਂ ਨਹੀਂ ਹੋ ਜਾਂਦਾ ਕਿ ਅਸੀਂ ਉਹਦੀ ਸੋਚ ਦਾ ਸਮਰਥਨ ਕਰਦੇ ਆ ਸੋ ਸਾਡਾ ਮੀਡੀਆ ਜਿਹੜਾ ਜਿਹਨੂੰ ਆਪਣੇ ਆਪ ਨੂੰ ਕੌਮੀ ਮੀਡੀਆ ਕਹਾਂਦਾ ਉਹਦੀ ਜ਼ਿੰਮੇਵਾਰੀ ਬੜੀ ਵੱਡੀ ਆ ਪਰ ਉਹਦਾ ਜਿਹੜਾ ਸੋਚਿਆ ਉਹ ਬੜੀ ਸੌਰੀ ਨਜ਼ਰ ਆ ਰਹੀ ਹੈ ਕਿ ਜਿਹੜੀ ਇੱਕ ਕੋਈ ਵਿਅਕਤੀ ਕਿਸੇ ਦੇ ਨਾਲ ਫੋਟੋ ਖਿਚਾ ਲੈਂਦਾ ਇਹਦਾ ਮਤਲਬ ਨਹੀਂ ਹੈ ਕਿ ਉਹ ਉਹਦੇ ਵਿਚਾਰਾਂ ਦਾ ਸਮਰਥਨ ਕਰਦਾ ਵੱਡੀ ਗਲਤੀ ਟਹਿਣਾ ਜੀ ਇਹ ਹੋਈ ਹੈ ਕਿ ইমরান ਖਾਨ ਨੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨੇ ਭਾਰਤ ਪ੍ਰਤੀ ਭਾਰਤੀ ਲੋਕਾਂ ਪ੍ਰਤੀ ਔਰ ਦੋਨਾਂ ਦੇਸ਼ਾਂ ਦੇ ਵਿੱਚ ਬਿਹਤਰ ਸਬੰਧਾਂ ਦੀ ਲੋੜ ਪ੍ਰਤੀ ਜਿੰਨੀ ਦਲੀਲ ਨਾਲ ਬਿਹਤਰ ਢੰਗ ਨਾਲ ਗੱਲਬਾਤ ਕੀਤੀ ਹੈ ਉਹ ਉਹਦੀ ਭਾਰਤੀ ਮੀਡੀਆ ਨੂੰ ਤੇ ਭਾਰਤ ਦੇ ਸਿਆਸਤਦਾਨਾਂ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਸੀ ਇਹ ਇਹ ਗਲਤੀ ਕਿ ਹੈ ਕਿ ਨਾਲ ਤੁਸੀਂ ਕਹਿ ਸਕਦੇ ਆ ਕਿ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਦੇ ਖਿਲਾਫ ਜਿਹੜੀ ਸਿੱਧੀ ਜੰਗ ਛੇੜੀ ਹੋਈ ਹੈ ਜਿਹੜਾ ਪਾਕਿਸਤਾਨ ਉਥੋਂ ਅਤਵਾਦੀ ਜਥੇਬੰਦੀਆਂ ਨੂੰ ਸਿੱਖਿਆ ਤੇ ਦਿਖਿਆ ਦੇ ਕੇ ਇੱਥੇ ਭੇਜਦਾ ਰਿਹਾ ਤੇ ਜਿਹਦੇ ਨਾਲ ਇੱਥੇ ਜਾਨੀ ਮਾਲੀ ਨੁਕਸਾਨ ਹੁੰਦਾ ਰਿਹਾ ਇਹ ਸਿਲਸਿਲਾ ਵੀ ਰੁਕਣਾ ਚਾਹੀਦਾ ਤੁਸੀਂ ਇਹ ਗੱਲ ਨਾਲ ਕਹਿ ਸਕਦੇ ਪਰ ਜਿਹੜੀ ਗੱਲ Imran Khan ਨੇ ਚੰਗੀ ਕੀਤੀ ਆ ਜਿਹੜੀ ਇਹ ਜ਼ੁਰਤ ਕੀਤੀ ਆ ਉਥੇ ਉਹਦੇ ਖਿਲਾਫ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਉਥੇ ਕੱਟੜਪੰਥੀ ਪਾਕਿਸਤਾਨ ਭਰਿਆ ਪਿਆ ਜਿਹੜੇ Imran Khan ਦੀ ਇਸ ਨੀਤੀ ਦੇ ਖਿਲਾਫ ਹੋਣਗੇ ਜੇ ਉਹ ਰਿਸਕ ਲੈ ਰਿਹਾ ਉਹ ਦਾਵਾ ਕਰ ਰਿਹਾ ਕਿ ਫੌਜ ਵੀ ਮੇਰੇ ਨਾਲ ਆ ਤੇ ਟੁਕਮਾ ਸਮਾ ਸੀਗਾ ਕਿ ਭਾਰਤ ਵੱਲੋਂ ਜ਼ਿਆਦਾ ਹਾਂ ਪੱਕੀ ਹੁੰਗਾਰਾ ਭਰਿਆ ਜਾਂਦਾ ਜੀ ਜੀ ਮਾਨਕ ਸਾਹਿਬ ਜੇਕਰ ਅਸੀਂ 1984 ਸਿੱਖ ਕਤਲੇਆਮ ਦੀ ਗੱਲ ਕਰਦੇ ਹਾਂ 34 ਵਰੀ ਹੋ ਗਏ ਆ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਮਿਲੀ ਹਾਲੇ ਤੱਕ ਹੁਣ ਪਿਛਲੇ ਦਿਨੀ ਖਬਰਾਂ ਆਈਆਂ ਸੀ ਕਿ ਦੋ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਫਾਂਸੀ ਦੂਜੇ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਹੁਣ ਖਬਰ ਆਈ ਹੈ ਹਾਈ ਕੋਰਟ ਦੇ ਹਵਾਲੇ ਨਾਲ 1996 ਦੇ ਵਿੱਚ 88 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਸੀ ਉੱਪਰਲੀ ਅਦਾਲਤ ਨੇ ਫੈਸਲਾ ਬਹਾਲ ਰੱਖਿਆ ਕੀ ਕਹਿਣਾ ਚਾਹੋਗੇ ਇਨਸਾਫ ਦੇ ਬਾਰੇ ਟੈਣਾ ਜੀ 1 2 ਪ੍ਰੋਗਰਾਮ ਚ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਹੁਣ ਜਿਹੜਾ ਭਾਰਤੀ ਨਿਆਂਪਾਲਿਕਾ ਇਸ ਮਾਮਲੇ 'ਚ ਉਹਦਾ ਨਜ਼ਰੀਆ ਪਹਿਲਾਂ ਨਾਲੋਂ ਬਦਲਿਆ ਗਿਆ ਲੱਗ ਰਿਹਾ ਉਹਦੇ 'ਚ ਜਿਸ ਤਰ੍ਹਾਂ ਇੱਕ ਕੇਸ 'ਚ ਕੁਝ ਦਿਨ ਪਹਿਲਾਂ ਜਿਹੜਾ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਗਈ ਹੈ ਕਿ ਦੋਸ਼ੀ ਨੂੰ ਫਾਂਸੀ ਵੀ ਦਿੱਤੀ ਗਈ ਹੈ ਦੂਜੇ ਨੂੰ ਉਮਰ ਕੈਦ ਦਿੱਤੀ ਗਈ ਹੈ ਇਸੇ ਤਰ੍ਹਾਂ ਇਹ ਇਸ ਖਬਰ 'ਚ ਵੀ ਨਿਆਂਪਾਲਿਕਾ ਦਾ ਇਹ ਵਤੀਰਾ ਸਾਹਮਣੇ ਆ ਰਿਹਾ ਕਿ ਨਿਆਂਪਾਲਿਕਾ ਨੂੰ ਇਹ ਅਹਿਸਾਸ ਹੋ ਰਿਹਾ ਕਿ ਭਾਵੇਂ 2-3 ਦਹਾਕੇ ਪਹਿਲਾਂ ਦੀ ਗੱਲ ਹੈ ਦਿੱਲੀ ਵਿੱਚ ਜਿਹੜਾ ਸੁਪਰੀਮ ਕੋਰਟ ਦੀ ਸੀਟ ਹੈ ਔਰ ਦਿੱਲੀ ਦੇ ਵਿੱਚ 3000 ਸਿੱਖ ਜਿਹੜੇ ਆ ਬੁਰੀ ਤਰ੍ਹਾਂ ਕੋਕੋ ਕੇ ਮਾਰ ਦਿੱਤੇ ਗਏ ਆ ਤੇ ਸੁਪਰੀਮ ਕੋਰਟ ਦੇ ਕਿਸੇ ਮੁੱਖ ਜੱਜ ਨੇ ਸੋਹੋ ਮੋਟੋ ਦੀਨ ਇਹ ਮਾਮਲਾ ਆਪਣੇ ਹੱਥ 'ਚ ਨਹੀਂ ਲਿਆ ਕੋਈ ਵਿਸ਼ੇਸ਼ ਜਾਂਚ ਟੀਮ ਨਹੀਂ ਬਣਾਈ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੋਈ ਯਤਨ ਠੋਸ ਰੂਪ 'ਚ ਨਿਆਂਪਾਲਿਕਾ ਵੱਨੋਂ ਕੀਤੇ ਨਹੀਂ ਗਏ ਇਹਦੇ ਨਾਲ ਭਾਰਤੀ ਨਿਆਂਪਾਲਿਕਾ ਤੇ ਇੱਕ ਦਾਗ ਇੱਕ ਕਲੰਕ ਜਿਹੜਾ ਉਹ ਲੱਗ ਚੁੱਕਾ ਹੁਣ ਨਿਆਂਪਾਲਿਕਾ ਨੂੰ ਕਿਸੇ ਨਾ ਕਿਸੇ ਪੱਧਰ ਤੇ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਇਹ ਜਿਹੜਾ ਕਤਲੇਆਮ ਹੋਇਆ ਜਿਹਦੇ ਚ ਸਿਕ ਭਾਈ ਜਰੇ ਦੇ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਤੇ مالی ਨੁਕਸਾਨ ਹੋਇਆ ਇਹਦੇ ਦੋਸ਼ੀਆਂ ਨੂੰ ਸਜ਼ਾ ਮ ਦਿੱਤੀਆਂ ਜਾਣੀਆਂ ਚਾਹੀਦੀਆਂ ਨਹੀਂ ਤਾਂ ਆਉਣ ਵਾਲੇ ਸਮੇਂ ਚ ਨਿਆਹ ਪਾਲਕਾ ਜਿਹੜੀ ਆ ਇਹ ਜਿਹੜੀ ਇਸ ਗੱਲ ਤੋਂ ਸੁਰਖਰੂ ਨਹੀਂ ਹੋ ਸਕੇਗੀ ਇਸ ਫੈਸਲੇ ਦੇ ਵਿੱਚ ਵੀ ਜੱਜ ਨੇ ਇਹ ਕਿਹਾ ਸਪਸ਼ਟ ਰੂਪ ਚ ਕਿ ਇਹ ਜੋ ਜੋ ਜਿਹੜਾ ਕਤਨਾ ਕਰਮ ਉਸ ਵੇਲੇ ਹੋਇਆ ਉਹਦੇ ਦੋਸ਼ੀਆਂ ਨੂੰ ਹਰ ਹਾਲਤ ਚ ਸਜ਼ਾ ਮਿਲਣੀ ਚਾਹੀਦੀ ਜੀ ਤੇ ਮਾਨਕ ਸਾਹਿਬ ਇਨਸਾਫ ਮਾਰਚ ਕੱਢਿਆ ਜਾ ਰਿਹਾ ਉਹਦੇ ਦਿਨਾਂ ਦੇ ਵਿੱਚ 9 ਦਿਨ ਦਾ ਇਹ ਇਨਸਾਫ ਮਾਰਚ ਕਹਿੰਦੇ ਵੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੇ ਪੰਜਾਬ ਦਾ ਢੇੜਾ ਕੱਢਣਾ ਲੋਕਾਂ ਦੀ ਨਜ਼ਰ ਨੂੰ ਟੋਕੇ ਦੇਖਣਾ ਕਿੰਨੀ ਕਿ ਸਾਰਥਕਤਾ ਮੰਦਿਆਂ ਇਸ ਮਾਰਕ ਦੀ ਤੈਨਾ ਜੀ ਜਿਹੜੀ ਅਕਸਰ ਆਪਾਂ ਚਰਚਾ ਕਰਦੇ ਰਹੇ ਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੰਜਾਬ 'ਚ ਇੱਕ ਤੀਜਾ ਮੋਰਚਾ ਬਣੇਗਾ ਉਹਦੇ ਲਈ ਅਮਲੀ ਰੂਪ 'ਚ ਹੁਣ ਹਿਲਜੋਲ ਹੋਣੀ ਸ਼ੁਰੂ ਹੋ ਗਈ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਖੈਰਾ ਧੜਾ ਜਿਹੜਾ ਪੰਜਾਬ ਮੰਚ ਜਿਹੜਾ ਤਰੰਬੀਰ ਗਾਂਧੀ ਦਾ ਤੇ ਜਿਹੜੇ ਬੈਂਸ ਭਰਾ ਆ ਉਹਨਾਂ ਦੀ ਲੋਕਨਸਾਬ ਪਾਰਟੀ ਹੈ ਇਹ ਸਾਰੇ ਰਲ ਕੇ ਜਿਹੜਾ ਇੱਕ ਤੀਜਾ ਧੜਾ ਬਣਾਉਣਗੇ ਤੇ ਆਪਣਾ ਆਧਾਰ ਲੋਕਾਂ ਦਾ ਸਮਰਥਨ ਦੇਖਣ ਲਈ ਲੋਕਾਂ ਦੀ ਨਬਜ਼ ਟੋਣ ਲਈ ਇਹਨਾਂ ਵੱਲੋਂ ਜਿਹੜਾ ਇਹ ਇਨਸਾਫ ਮਾਰਚ ਦਾ ਸੱਦਾ ਦਿੱਤਾ ਗਿਆ ਜੇ ਲੋਕਾਂ ਵੱਲੋਂ ਇਹਨਾਂ ਨੂੰ ਚੰਗਾ ਹੰਗਾਰਾ ਮਿਲਿਆ ਤਾਂ ਲਾਜ਼ਮੀ ਤੌਰ ਤੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਇੱਕ ਤੀਜਾ ਮੋਰਚਾ ਜਾਂ ਇੱਕ ਤੀਜਾ ਫਰੰਟ ਜਿਹੜਾ ਲੋਕ ਸਭਾ ਦੀਆਂ ਚੋਣਾਂ ਲੜਨ ਲਈ ਅੱਗੇ ਆਏਗਾ ਇਹਦੀ ਇਸ ਅਮਲ ਦੀ ਇੱਕ ਇਹ ਸ਼ੁਰੂਆਤ ਤੇ ਮਾਨਕ ਸਿੰਘ ਜਿਕਰ ਅਸੀਂ ਗੱਲ ਕਰ ਗਏ ਆਮ ਆਦਮੀ ਪਾਰਟੀ ਦੇ ਵਜੂਦ ਦੀ ਬੇਸ਼ੱਕ ਚੀਮਾ ਹੋਰੀ ਇਹ ਗੱਲ ਕਹਿੰਦੀ ਹੈ ਹਰਪਾਲ ਚੀਮਾ ਹੋਰੀ ਕਿ ਖੈਰੇ ਦੇ ਜਾਣ ਤੋਂ ਬਾਅਦ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਪਰ ਤੁਸੀਂ ਬਤੌਰ ਪੱਤਰਕਾਰ ਕੀ ਮੰਨਦੇ ਹੋ ਕਿ ਇਹ ਸਿਰਫ ਹਵਾ ਚੜਾਂਗ ਮਾਰਨ ਵਾਲੀ ਗੱਲ ਹੈ ਜਾਂ ਮਜ਼ਬੂਤੀ ਵਾਲੀ ਕੋਈ ਸੱਚੀ ਮੁੱਚੀ ਗੱਲ ਵੀ ਹੈਗੀ ਹੈ ਕਹਣਾ ਜੀ ਜਿਹੜੇ ਰਾਜਨੀਤਿਕ ਕਾਗੂ ਹੁੰਦੇ ਆ ਉਹ ਜਿਹੜੇ ਆ ਜਦੋਂ ਉਹਨਾਂ ਦਾ ਨੁਕਸਾਨ ਵੀ ਹੋ ਜਾਏ ਤਾਂ ਮੰਦੇ ਨਹੀਂ ਹੁੰਦੇ ਜਦੋਂ ਜਿਹੜੀ ਪਾਰਟੀ ਇੱਕ ਮੁੱਠ ਸੀਗੀ ਆਮ ਆਦਮੀ ਪਾਰਟੀ ਉਹਦੀ ਤਾਕਤ ਕਿਤੇ ਜ਼ਿਆਦਾ ਸੀ ਹੁਣ ਪਾਰਟੀ ਦੋ ਧੜਿਆਂ 'ਚ ਵੰਡੀ ਗਈ ਹੈ ਸਾਰਿਆਂ ਨੂੰ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦਾ ਇਹਦੇ ਨਾਲ ਬੜਾ ਨੁਕਸਾਨ ਹੋ ਗਿਆ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀ ਇਸ ਗੱਲ ਦੀ ਪੁਸ਼ਟੀ ਕਰਨ ਗਿਆ ਕਿ ਆਮ ਆਦਮੀ ਪਾਰਟੀ ਦਾ ਕਿੰਨਾ ਨੁਕਸਾਨ ਹੋ ਗਿਆ ਪਰ ਇਹਦੇ باوجود ਜੇ ਉਹ ਇਹ ਕਹਿੰਦੇ ਆ ਕਿ ਸੁਖਪਾਲ ਸਿੰਘ ਖੈਰਾ ਦੇ ਜਾਣ ਨਾਲ ਪਾਰਟੀ ਮਜ਼ਬੂਤ ਹੋਈ ਆ ਮੈਂ ਸਮਝਦਾ ਇਹ ਕੋਈ ਸਿਆਣੀ ਗੱਲ ਨਹੀਂ ਹੋ ਸਕਦੀ ਤੇ ਮਾਨਕ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਹੁਣ ਨਵੇਂ ਮੋਰਚੇ ਦੀ ਗੱਲ ਕਹੀ ਜਾ ਰਹੀ ਹੈ ਕਹਿੰਦੇ ਵੀ ਛੋਟੇਪੁਰ ਸਾਹਿਬ ਵੀ ਆ ਸਕਦੇ ਆ ਬੈਂਸ ਭਰਾ ਵੀ ਆਉਣਗੇ ਡਾਕਟਰ ਧਰਮਵੀਰ ਗਾਂਧੀ ਵੀ ਆਉਣਗੇ ਯੂਨਾਈਟਿਡ ਅਕਾਲੀ ਦਲ ਨਾਲ ਗੱਲਬਾਤ ਚੱਲਦੀ ਹੈ ਕਈ ਹੋਰ ਪੰਥਕ ਧਿਰਾਂ ਆਉਣਗੀਆਂ ਬਸਪਾ ਨੂੰ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਵੱਖ-ਵੱਖ ਵਨਗੀਆਂ ਦੇ ਵੱਖ-ਵੱਖ ਰੀਆਂ ਸੋਚਾਂ ਵਾਲੇ ਲੋਕ ਜੇਕਰ ਇੱਕ ਮੰਚ ਦੇ ਉੱਤੇ ਆਉਂਦੇ ਆ ਕਿੰਨਾ ਕੁ ਚਿਹਰੇ ਮੋਰਚਾ ਕਾਮਯਾਬ ਹੋ ਸਕੂਗਾ ਟੈਣਾ ਜੀ ਪਹਿਲੀ ਗੱਲ ਤਾਂ ਇਹ ਜਿਨ੍ਹਾਂ ਸਾਰੀਆਂ ਧਿਰਾਂ ਦੇ ਤੁਸੀਂ ਨਾਂ ਗਿਣਾਏ ਉਹਦੇ ਵਿੱਚੋਂ ਕਿੰਨੀਆਂ ਆਉਂਦੀਆਂ ਕਿੰਨੀਆਂ ਨਹੀਂ ਆਉਂਦੀਆਂ ਅਜੇ ਕਿਹਾ ਨਹੀਂ ਜਾ ਸਕਦਾ ਅਜੇ ਤਾਂ ਇੰਨੀ ਗੱਲ ਹੈ ਕਿ ਗੰਦੀ ਦਾਤੜਾ ਖੇਰੇ ਦਾ ਤੜਾ ਤੇ ਲੋਕ ਇਨਸਾਪ ਪਾਰਟੀ ਦੇ ਜਿਹੜੇ ਬੈਂਚ ਭਰਾਇਆ ਇਹ ਨੇੜੇ ਨੇੜੇ ਆ ਰਹੇ ਆ ਬਾਕੀ ਜਿਹੜਾ ਬਰਗਾੜੀ ਜਿਨ੍ਹਾਂ ਲੋਕਾਂ ਨੇ ਮੋਰਚਾ ਲਗਾਇਆ ਹੋਇਆ ਔਰ ਜਿਹੜੀਆਂ ਵੱਖ-ਵੱਖ ਪੰਥਕ ਤਰ੍ਹਾਂ ਉਹਦੇ ਵਿੱਚ ਸ਼ਾਮਿਲ ਆ ਉਹਦੇ ਵਿੱਚੋਂ ਕਿੰਨੀਆਂ ਇਹਨਾਂ ਨਾਲ ਆਣੀਆਂ ਕਿੰਨੀਆਂ ਨਹੀਂ ਆਉਂਦੀਆਂ ਜੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਉੱਥੇ ਅਜਿਹੀਆਂ ਤਰ੍ਹਾਂ ਵੀ ਹੈਗੀਆਂ ਜਿਨ੍ਹਾਂ ਨਾਲ ਮਿਲ ਮਿਲ ਕੇ ਖੇਰਾ ਤੜਾ ਚੱਲ ਨਹੀਂ ਸਕਦਾ ਸੋ ਉਹਦੇ ਵਿੱਚੋਂ ਕੁਝ ਲੋਕ ਹੀ ਆਣਗੇ ਜਿਹੜੇ ਉਹ ਵੀ ਇਸ ਗੱਲ ਤੇ ਨਿਰਭਰ ਕਰਦਾ ਕਿ ਜਿਹੜਾ ਇਹਨਾਂ ਨੇ ਇਨਸਾਫ ਮਾਰਚ ਸ਼ੁਰੂ ਕਰਨਾ ਉਹਨੂੰ ਲੋਕਾਂ ਦਾ ਕਿੰਨਾ ਹੰਗਾਰਾ ਮਿਲਦਾ ਜੇ ਤਾਂ ਵੱਡੀ ਪੱਧਰ ਤੇ ਇਹਨਾਂ ਨੂੰ ਹੰਗਾਰਾ ਮਿਲਿਆ ਜਿਹੜਾ ਫੇਰ ਤਾਂ ਹੋਰ ਜਿਹੜੇ ਧੜੇ ਹੈਗੇ ਆ ਉਹ ਵੀ ਇਹਨਾਂ ਨਾਲ ਆ ਸਕਦੇ ਆ ਆਉਣ ਲਈ ਯਤਨ ਕਰ ਸਕਦੇ ਆ ਤੇ ਜੇ ਇਹਨਾਂ ਨੂੰ ਵੱਡੀ ਪੱਧਰ ਤੇ ਹੰਗਾਰਾ ਨਾ ਮਿਲਿਆ ਤੇ ਫੇਰ ਇਸ ਤਰ੍ਹਾਂ ਦੀ ਕੋਈ ਜਿਹੜੀ ਮੋਰਚਾ ਬੰਦੀ ਜਾਂ ਰਾਜਨੀਤਿਕ ਤਾਕਤਾਂ ਦੀ ਪੁਨਰਕਤਾਰਬੰਦੀ ਦੀਆਂ ਸੁਭਾਵਨਾਵਾਂ ਘਟਣਗੀਆਂ ਜੀ ਤੇ ਮਾਨਕ ਸਾਹਿਬ ਜੇਕਰ ਅਸੀਂ ਬਾਦਲਾਂ ਦੀਆਂ ਬਸਾਂ ਦੀ ਗੱਲ ਕਰਗੇ ਜਦੋਂ ਸੱਤਾਧਾਰੀ ਤੇ ਸੀ ਅਕਾਲੀ ਦਲ ਬਾਦਲ ਤੇ ਭਾਜਪਾ ਗੱਠਜੋੜ ਉਦੋਂ ਬੜੀਆਂ ਖਬਰਾਂ ਆਉਂਦੀਆਂ ਸੀ ਕਿ ਹਰ ਰੂਟ ਦੇ ਉੱਤੇ ਰੈਣੀਆ ਬੱਸਾਂ ਚੱਲਦੀਆਂ ਹੁਣ ਸਰਕਾਰ ਬਦਲ ਗਈ ਫੇਰ ਵੀ ਖਬਰਾਂ ਉਹੋ ਜਿਹੀਆਂ ਆਉਂਦੀਆਂ ਕੀ ਕਹਿਣਾ ਚਾਹੋਗੇ ਰੋਡਵੇਜ਼ ਲਗਾਤਾਰ ਘਾਟੇ ਵਿੱਚ ਜਾ ਰਹੀ ਹੈ ਪਰ ਸਰਕਾਰਾਂ ਜਿਹੜੀਆਂ ਉਹ ਸਾਬਕਾ ਸੱਤਾਧਾਰੀ ਧਿਰ ਦੇ ਉੱਤੇ ਬੜੀਆਂ ਮਿਹਰਬਾਨ ਨੇ ਰਣਾ ਜੀ ਜਿਹੜੇ ਲੋਕ ਸਮਾਜਵਾਦੀ ਵਿਚਾਰਾਂ ਨੂੰ ਸਮਝਦੇ ਆ ਜਾਂ ਸਿਧਾਂਤਾਂ ਨੂੰ ਜਾਣਦੇ ਆ ਜਾਂ ਮਾਰਕਸਵਾਦ ਨੂੰ ਜਾਣਦੇ ਆ ਉਹ ਚੰਗੀ ਤਰ੍ਹਾਂ ਸਮਝਦੇ ਆ ਕਿ ਸਮਾਜ ਦੇ ਵਿੱਚ ਕਲਾਸਾਂ ਹੁੰਦੀਆਂ ਜਿਹੜੀਆਂ ਕਲਾਸਾਂ ਦੇ ਆਪਸ ਵਿੱਚ ਹਿੱਤ ਰਲਦੇ ਹੁੰਦੇ ਆ ਉਹ ਆਪਸ ਵਿੱਚ ਕਿਸੇ ਨਾ ਕਿਸੇ ਪੱਧਰ ਤੇ ਸਾਂਝ ਪਿਆਲੀ ਰੱਖਦੀਆਂ ਭਾਵੇਂ ਉੱਪਰੋਂ ਉੱਪਰੋਂ ਜਿੰਨੇ ਮਰਜੀ ਉਹ ਮਤਭੇਦਾਂ ਦਾ ਪ੍ਰਗਟਾਵਾ ਕਰਨ ਇੱਥੇ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰ ਤੇ ਅਕਾਲੀ ਦਲ ਦੇ ਲੀਡਰ ਭਾਵੇਂ ਰਾਜਨੀਤਿਕ ਤੌਰ ਤੇ ਹਰ ਵੇਲੇ ਇੱਕ ਦੂਜੇ ਨਾਲ ਟਕਰਾਂਦੇ ਰਹਿੰਦੇ ਆ ਪਰ ਉਹਨਾਂ ਦੇ ਸਮਾਜਿਕ ਤੇ ਆਰਥਿਕ ਜਿਹੜੇ ਹਿੱਤ ਆ ਉਹ ਕਿਸੇ ਨਾ ਕਿਸੇ ਪੱਧਰ ਤੇ ਮੇਲ ਵੀ ਖਾਂਦੇ ਹੁੰਦੇ ਆ ਉਹ ਇੱਕ ਦੂਜੇ ਦਾ ਸਹਯੋਗ ਵੀ ਕਰਦੇ ਆ ਇੱਕ ਦੂਜੇ ਨੂੰ ਸਮਰਥਨ ਕਰਦੇ ਆ ਇੱਕ ਤਾਂ ਤੁਸੀਂ ਇਸ ਪ੍ਰਸੰਗ ਵਿੱਚ ਇਸ ਗੱਲ ਨੂੰ ਦੇਖ ਸਕਦੇ ਆ ਸਮਝ ਸਕਦੇ ਆ ਅਗਲੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੀਆਂ ਸਰਕਾਰੀ ਬਸਾਂ ਨੂੰ ਹਵਾਈ ਅੱਡੇ ਤੇ ਜਾਣ ਤੋਂ ਰੋਕਿਆ ਗਿਆ ਪਰ ਜਿਹੜਾ ਬਾਦਲ ਪਰਿਵਾਰ ਦੀਆਂ ਬੱਚਾਂ ਨੂੰ ਨਹੀਂ ਰੋਕਿਆ ਗਿਆ ਇਹ ਗੱਲ ਵੀ ਸਮਝ ਚ ਔਖੀ ਆਉਂਦੀ ਹੈ ਕਿਉਂਕਿ ਇਹ ਦਿੱਲੀ ਦੇ ਵਿੱਚ ਤਾਂ केजरीवाल ਦੀ ਸਰਕਾਰ ਆ ਤੇ ਜਿਹੜੀ ਆ ਅਕਾਲੀ ਦਲ ਦੀ ਤਾਂ केजरीवाल ਨਾਲ ਜਾਂ ਅਕਾਲੀ ਦਲ ਦੇ ਨੇਤਾਵਾਂ ਨਾਲ ਤਾਂ केजरीवाल ਦੀ ਬਣਦੀ ਨਹੀਂ ਤੇ ਇਹ ਗੱਲ ਦਾ ਅਜੇ ਜਵਾਬ ਆਉਣਾ ਬਾਕੀ ਆ ਕਿ ਜੇਕਰ ਉਸੇ ਤਰ੍ਹਾਂ ਦੇ ਪਰਮਿਟ ਨਾਲ ਜਿਹੜੀ ਇਹ ਬਦਲ ਪਰਿਵਾਰ ਦੀਆਂ ਬੱਚਾ ਹਵਾਈ ਅਡੇ ਤੱਕ ਜਾ ਸਕਦੀਆਂ ਉਹ ਸਹੀ ਪਰਮਿਟ ਨਾਲ ਪੰਜਾਬ ਸਰਕਾਰ ਦੀਆਂ ਬਸਾਂ ਜਾ ਨਹੀਂ ਸਕਦੀਆਂ ਇਹ ਇਹ ਕਿਸ ਪੱਧਰ ਤੇ ਕਿਸ ਤਰ੍ਹਾਂ ਹੁੰਦਾ ਕੁਝ ਕਹਿ ਨਹੀਂ ਸਕਦੇ ਪਰ ਇੱਕ ਗੱਲ ਮੈਂ ਪੱਤਰਕਾਰ ਦੇ ਤੌਰ ਤੇ ਕਹਿਣਾ ਚਾਹਣਾ ਕਿ ਜੇ ਇੱਕ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਜਿਹੜੀਆਂ ਹਵਾਈ ਅੱਡੇ ਤੇ ਜਾ ਸਕਦੀਆਂ ਤਾਂ ਅਜਿਹੀ ਵਿਵਸਥਾ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਬੱਸਾਂ ਲਈ ਵੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਆ ਜਿਹੜੇ ਪ੍ਰਾਈਵੇਟ ਬੱਸ ਦੇ ਜ਼ਿਆਦਾ ਟਿਕਟ ਨਹੀਂ ਪਰ ਸਕਦੇ ਉਹ ਜਿਹੜੇ ਸਰਕਾਰੀ ਬੱਸਾਂ ਚ ਘੱਟ ਪੈਸੇ ਦੇ ਕੇ ਵੀ ਉਹ 에ਰਪੋਰਟ ਤੱਕ ਪਹੁੰਚ ਸਕਣ ਵਿਦੇਸ਼ ਨੂੰ ਆ ਸਕਣ ਤੇ ਜਾ ਸਕਣ ਇਨਸਾਫ ਦਾ ਤਕਵਾ ਇਹੀ ਹੈ ਜੇ ਇਹ ਅਧਿਕਾਰ ਜਾਂ ਤਾਕਤ ਕਿ ਜਿਹੜੀ ਵਾਲ ਸਰਕਾਰ ਦੇ ਹੱਥ ਚ ਹੈ ਤਾਂ ਉਹ ਨੂੰ ਪੰਜਾਬ ਦੀਆਂ ਬੱਸਾਂ ਦਾ ਵੀ ਰਸਤਾ ਖੋਲਣਾ ਚਾਹੀਦਾ ਜੀ ਮਾਨਕ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਕਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਹਰ ਹਫਤੇ ਦੀ ਤਰ੍ਹਾਂ ਸਟੂਡੀਓ ਵਿੱਚ ਆਏ ਖਬਰਾਂ ਦੇ ਉੱਤੇ ਕੀਮਤੀ ਟਿੱਪਣੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਜੀ